ਸਤਿ ਸ਼੍ਰੀ ਅਕਾਲ ਜੀ, ਮੈਂ ਜ਼ੋਰਾਵਰ ਸਿੰਘ ਦੀਪ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਤੋਂ ਇੱਕ ਵਾਰ ਫਿਰ ਤੋਂ ਅੱਜ ਤੁਹਾਨੂੰ UK ਦੇ ਵਿਜ਼ਟਰ ਵੀਜ਼ੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਾ ਚਾਹਾਂਗਾ ਕਿ ਇਹ ਕਿਵੇਂ ਅਪਲਾਈ ਹੋਣਾ ਹੈ, ਇਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਹੈ, ਇਹਦਾ ਪ੍ਰੋਸੈਸ ਕੀ ਹੈ, ਕਿੰਨੇ ਦਿਨ ਲੱਗ ਜਾਂਦੇ ਹੈ, VFS ਤੋਂ ਜਿਹੜੀ ਅਪੁਆਇੰਟਮੈਂਟ ਹੈ ਉਹ ਕਿਵੇਂ ਲੈਣੀ ਹੈ, ਬਾਕੀ ਛੋਟੀ ਛੋਟੀਆਂ ਜਿਹੜੀਆਂ ਵੀ ਗੱਲਾਂ ਹੈ ਇਹਦੇ ਬਾਰੇ ਵਿੱਚ ਉਹ ਅਸੀਂ ਪੂਰੀਆਂ ਡਿਸਕਸ ਕਰਾਂਗੇ ਪਹਿਲੇ ਪੁਆਇੰਟ ਤੋਂ ਲੈ ਕੇ ਲਾਸਟ ਪੁਆਇੰਟ ਤੱਕ, ਅਪੁਆਇੰਟਮੈਂਟ ਤੱਕ। ਪਹਿਲਾਂ ਤਾਂ ਤੁਸੀਂ ਮੇਰਾ ਚੈਨਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ, ਵਲੋਗਿੰਗ ਜ਼ੋਰਾ, ਤਾਂ ਕਿ ਤੁਹਾਨੂੰ ਨੈਕਸਟ ਜਦੋਂ ਵੀ ਮੈਂ ਕੋਈ ਵੀ ਕਿਸੇ ਵੀ ਕੰਟਰੀ ਉੱਤੇ ਜਾਂ ਕਿਸੇ ਹੋਰ ਟੋਪਿਕ 'ਤੇ ਵੀਡੀਓ ਬਣਾਵਾਂ ਤਾਂ ਉਹ ਤੁਹਾਡੇ ਤੱਕ ਪਹੁੰਚ ਸਕੇ, ਤੁਸੀਂ ਉਹਨੂੰ ਦੇਖ ਸਕੋ। ਇਸ ਕਰਕੇ ਹੁਣ ਆਪਾਂ ਸਟਾਰਟ ਕਰਦੇ ਹਾਂ UK ਦੇ ਵਿਜ਼ਟਰ ਵੀਜ਼ੇ ਬਾਰੇ ਗੱਲ। ਪਹਿਲੀ ਗੱਲ ਤਾਂ ਇਹਦੇ 'ਚ ਬਹੁਤ ਹੀ ਜ਼ਰੂਰੀ ਗੱਲ ਹੈ ਵੀ UK ਦਾ ਜਿਹੜਾ ਵਿਜ਼ਟਰ ਵੀਜ਼ਾ ਹੈ ਇਹਦੇ ਲਈ ਤੁਹਾਨੂੰ ਜੇ ਤਿਆਰੀ ਕਰਨੀ ਹੈ ਤਾਂ ਤੁਸੀਂ ਇੱਕ ਤਾਂ ਤੁਹਾਡੀ ਥੋੜ੍ਹੀ ਬਹੁਤੀ ਟਰੈਵਲ ਹਿਸਟਰੀ ਵੀ ਜ਼ਰੂਰੀ ਹੋਣੀ ਚਾਹੀਦੀ ਹੈ, ਦੂਜਾ ਤੁਹਾਡਾ ਬੈਂਕ ਦੀਆਂ ਸਟੇਟਮੈਂਟਾਂ ਬਹੁਤ ਮਾਇਨੇ ਰੱਖਦੀਆਂ। ਮੈਂ ਤਾਂ ਇਹ ਕਹੂੰਗਾ ਤੁਸੀਂ ਸਾਲ ਡੇਢ ਸਾਲ ਪਹਿਲਾਂ ਹੀ ਆਪਣੇ ਬੈਂਕ ਅਕਾਊਂਟ ਨੂੰ ਪ੍ਰੋਪਰ ਤਰੀਕੇ ਨਾਲ ਮੈਂਟੇਨ ਕਰਨਾ ਸ਼ੁਰੂ ਕਰ ਦਿਉ। ਜੇ ਤੁਸੀਂ ਜੋਬ ਕਰਦੇ ਹੋ, ਤੁਹਾਡੀ ਜਿਵੇਂ ਸੈਲਰੀ ਆਉਂਦੀ ਹੈ ਉਹਦੇ 'ਚ ਤੁਸੀਂ ਕਿੰਨੇ ਕੁ ਪੈਸੇ ਕਢਾਉਣੇ ਹੈ, ਕਿੰਨੇ ਕੁ ਵਿੱਚ ਰੱਖਣੇ ਹੈ, ਤੁਸੀਂ ਆਪਣਾ ਖਰਚਾ ਕਿਵੇਂ ਦਿਖਾਉਣਾ ਹੈ, ਜੇ ਤੁਹਾਡੇ ਕਾਗਜ਼ ਪ੍ਰੋਪਰ ਵਧੀਆ ਤਰੀਕੇ ਨਾਲ ਸੈੱਟ ਹੋਣਗੇ ਤਾਂ ਤੁਹਾਡਾ ਵੀਜ਼ਾ ਆਉਣ ਦੇ ਚਾਂਸ ਬਹੁਤ ਵੱਧ ਜਾਂਦੇ ਹੈ, ਕਿਉਂਕਿ UK ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਸਿਰਫ ਇੱਕ ਤੁਹਾਡਾ ਪਾਸਪੋਰਟ ਅਤੇ ਤੁਹਾਡੀ  6 ਮਹੀਨੇ ਦੀ ਸਟੇਟਮੈਂਟ, ਇਹ ਸਿਰਫ 2 ਡਾਕੂਮੈਂਟ ਹੀ ਮੰਗਦਾ ਹੈ, ਉਹ ਹੋਰ ਕੋਈ ਡਾਕੂਮੈਂਟ ਉਹਨੂੰ ਜ਼ਰੂਰੀ ਨਹੀਂ। ਆਪਾਂ ਲਾਣੇ ਜ਼ਰੂਰ ਹੈ ਨਾਲ, ਬਟ ਉਹ ਨਹੀਂ ਕਹਿੰਦੇ ਵੀ ਸਾਨੂੰ ਇੰਨੇ ਡਾਕੂਮੈਂਟ ਦਿਉ ਤੁਸੀਂ, ਬਟ ਮੈਂ ਵੀ ਨਹੀਂ ਕਹੂੰਗਾ ਤੁਸੀਂ ਨਾ ਤੋਂ ਲੈ ਕੇ ਜਾਓ ਸਭ ਕੁਛ, ਕਵਰ ਲੈਟਰ, ਆਪਣੀ ਆਈਟਨਰੀ, ਆਪਣਾ ਜੋਬ ਦਾ ਅਤੇ ਜਾਂ ਤੁਹਾਡਾ ਬਿਜ਼ਨਸ ਹੈ ਉਹਦੇ ਪਰੂਫ ਸਾਰਾ ਕੁਛ ਲੈ ਕੇ ਜਾਓ, ਬਟ ਉਹਨਾਂ ਵੱਲੋਂ ਸਿਰਫ ਇੱਕ ਪਾਸਪੋਰਟ ਅਤੇ ਇੱਕ ਤੁਹਾਡੀ ਬੈਂਕ ਸਟੇਟਮੈਂਟ। ਇਸ ਕਰਕੇ ਮੇਨ ਫੋਕਸ ਤੁਸੀਂ ਵੀ ਆਪਣਾ ਆਪਣੀ ਬੈਂਕ ਸਟੇਟਮੈਂਟ 'ਤੇ ਰੱਖੋ, ਇਹਨੂੰ ਪੂਰਾ ਮੈਂਟੇਨ ਕਰੋ ਪਿਛਲੇ 1 ਸਾਲ ਤੋਂ, ਫਿਰ ਜਾ ਕੇ ਤੁਸੀਂ ਅਪਲਾਈ ਕਰਨ ਬਾਰੇ ਸੋਚੋ। ਚਲੋ ਹੁਣ ਸ਼ੁਰੂ ਕਰੀਏ ਪ੍ਰੋਸੈਸ, ਕਿਵੇਂ ਸਟੈਪ ਬਾਈ ਸਟੈਪ ਤੁਹਾਨੂੰ ਮੈਂ ਦੱਸਦਾ ਹੈ UK ਦਾ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣਾ ਲੈਪਟੋਪ, ਫੋਨ, ਕੰਪਿਊਟਰ ਜਾਂ ਜੋ ਵੀ ਤੁਹਾਡੇ ਕੋਲ ਹੈਗਾ ਉਹਦੇ 'ਤੇ ਬਰਾਊਜ਼ਰ ਓਪਨ ਕਰਕੇ ਤੁਸੀਂ ਉਹਦੇ ਵਿੱਚ ਲਿਖਣਾ ਹੈ UK ਵਿਜ਼ਟਰ ਵੀਜ਼ਾ। UK ਵਿਜ਼ਟਰ ਵੀਜ਼ਾ ਜਦੋਂ ਤੁਸੀਂ ਲਿਖੋਗੇ ਤੁਹਾਨੂੰ 2 ਪਾਸੇ ਲੈ ਜਾਏਗਾ, ਇੱਕ VFS ਦੀ ਸਾਈਟ 'ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਉਹ ਵੀ ਜਾ ਕੇ UK ਦੀ ਸਾਈਟ 'ਤੇ ਜਾਏਗੀ, ਜਾਂ ਫਿਰ ਤੁਸੀਂ ਡਾਇਰੈਕਟ UK ਵਾਲੇ ਆਪਸ਼ਨ 'ਤੇ ਕਲਿੱਕ ਕਰਕੇ ਸਿੱਧਾ UK ਵਿਜ਼ਟਰ ਵੀਜ਼ਾ ਵਾਲੀ ਸਾਈਟ 'ਤੇ ਜਾ ਸਕਦੇ ਹੋ। ਜਦੋਂ ਅਸੀਂ ਉੱਥੇ ਪਹੁੰਚਦੇ ਹੋ ਤਾਂ ਸਭ ਤੋਂ ਪਹਿਲਾਂ ਆਪਸ਼ਨ ਆਉਂਦੀ ਹੈ ਸਟਾਰਟ ਨਾਓ, ਤੁਸੀਂ ਸਟਾਰਟ ਨਾਓ 'ਤੇ ਕਲਿੱਕ ਕਰਨਾ ਹੈ। ਸਟਾਰਟ ਨਾਓ 'ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਉਹ ਪੁੱਛਦਾ ਹੈ ਤੁਹਾਡੀ ਨੈਸ਼ਨੈਲਿਟੀ ਵੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ, ਤੁਹਾਡਾ ਇੰਡੀਅਨ ਹੋ ਤਾਂ ਇੰਡੀਅਨ, ਜੋ ਵੀ ਹੈਗਾ ਜਿਹੜੀ ਵੀ ਕੰਟਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ। ਜਦੋਂ ਅਸੀਂ ਇਹ ਸਟੈਪ ਕਲਿੱਕ ਕਰਦੇ ਹਾਂ, ਇੰਡੀਅਨ ਲਿਖ ਕੇ ਅੱਗੇ ਨੈਕਸਟ ਸਟੈਪ 'ਤੇ ਜਾਂਦੇ ਹਾਂ, ਤਾਂ ਉਹ ਸਾਨੂੰ ਪੁੱਛਦਾ ਹੈ ਵੀ ਤੁਸੀਂ UK ਕਿਉਂ ਆਉਣਾ ਚਾਹੁੰਦੇ ਹੋ, ਤੁਹਾਡਾ ਰੀਜ਼ਨ ਟੂਰਿਜ਼ਮ ਹੈ, ਸਟੱਡੀ ਹੈ ਜਾਂ ਤੁਹਾਡਾ ਵਰਕ ਹੈ, ਜਿਹੜਾ ਵੀ ਵੀਜ਼ੇ ਲਈ ਤੁਸੀਂ ਅਪਲਾਈ ਕਰਨਾ ਹੈ ਤੁਸੀਂ ਉੱਥੇ ਉਹ ਆਪਸ਼ਨ ਨੂੰ ਕਲਿੱਕ ਕਰ ਦਿਉ। ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਟੂਰਿਜ਼ਮ ਬਾਰੇ, ਤਾਂ ਅਸੀਂ ਟੂਰਿਜ਼ਮ ਨੂੰ ਕਲਿੱਕ ਕਰਕੇ ਉਹ ਤੋਂ ਨੈਕਸਟ ਸਟੈਪ 'ਤੇ ਅੱਗੇ ਜਾਓਗੇ। ਇਸ ਤੋਂ ਬਾਅਦ ਨੈਕਸਟ ਸਟੈਪ ਫਿਰ ਆ ਜਾਂਦਾ ਹੈ ਵੀ ਤੁਸੀਂ ਕਿਸੇ ਕੋਲ ਉੱਥੇ ਜਾ ਰਹੇ ਹੋ ਜਾਂ ਤੁਸੀਂ ਕਿਸੇ ਵੱਲੋਂ ਇਨਵਾਈਟਿਡ ਹੋ, ਤਾਂ ਜੇ ਤੁਸੀਂ ਹੋ ਤਾਂ ਠੀਕ ਹੈ, ਨਹੀਂ ਫਿਰ ਤੁਸੀਂ ਉਹਨੂੰ ਨੋ ਕਰਕੇ ਉਹ ਤੋਂ ਅਗਲੇ ਸਟੈਪ 'ਤੇ ਚਲੇ ਜਾਓ। ਜੇ ਤੁਸੀਂ ਉਹਨੂੰ ਯੈਸ ਕਰਦੇ ਹੋ ਤਾਂ ਤੁਹਾਡਾ 2 ਤਰੀਕੇ ਦੇ ਫਿਰ ਫਾਰਮ ਖੁੱਲ ਉੱਥੇ ਸ਼ੁਰੂ ਹੋ ਜਾਏਗਾ। ਜੇ ਅਸੀਂ ਕਿਸੇ ਵੱਲੋਂ ਇਨਵਾਈਟ ਕੀਤੇ ਗਏ ਹਾਂ ਤਾਂ ਉਹਦੇ ਲਈ ਥੋੜ੍ਹਾ ਜਿਹਾ ਪ੍ਰੋਸੈਸ ਅਲੱਗ ਤੋਂ ਹੈ, ਬਟ ਅੱਜ ਅਸੀਂ ਗੱਲ ਕਰਨ ਲੱਗੇ ਹੋਟਲ ਬੁਕਿੰਗ ਦੇ ਥਰੂ। ਜਿਵੇਂ ਆਪਾਂ ਟੂਰਿਜ਼ਮ, ਜਿਵੇਂ ਸਾਡਾ ਕੰਮ ਹੈ ਟੂਰ ਪੈਕੇਜਿਸ ਦਾ, ਅਸੀਂ ਜਿਵੇਂ
ਸਿੰਗਾਪੁਰ, ਮਲੇਸ਼ੀਆ, ਦੁਬਈ ਜਾਂ ਹੋਰ ਪਾਸੇ, ਯੂਕੇ, ਯੂਰੋਪ, ਐਵਰੀਵੇਅਰ ਸਾਡਾ ਟੂਰਿਜ਼ਮ ਦਾ ਹੀ ਹੈ ਜਿਵੇਂ, ਉਸ ਕਰਕੇ ਮੈਂ ਤੁਹਾਨੂੰ ਗਾਈਡ ਕਰ ਰਿਹਾ ਸਿਰਫ ਜੇ ਤੁਸੀਂ ਹੋਟਲ ਬੁਕਿੰਗ ਦੇ ਥਰੂ ਜਾਣਾ ਹੈ ਜਿਵੇਂ ਘੁੰਮਣ ਲਈ ਜਾਣਾ ਉੱਥੇ ਸਿਰਫ, ਫਿਰ ਅਸੀਂ ਉੱਥੇ ਕਲਿੱਕ ਕਰਦੇ ਹਾਂ ਨੋ ਵੀ ਅਸੀਂ ਕਿਸੇ ਵੱਲੋਂ ਇਨਵਾਈਟ ਨਹੀਂ ਹੈ, ਤਾਂ ਫਿਰ ਉਹ ਤੁਹਾਨੂੰ ਨੈਕਸਟ ਸਟੈਪ 'ਤੇ ਤੁਹਾਡਾ ਫੋਰਮ ਖੁੱਲ ਜਾਏਗਾ ਅੱਗੇ, ਜਿਵੇਂ ਫਿਰ ਉਸ ਤੋਂ ਬਾਅਦ ਅਗਲਾ ਨੈਕਸਟ ਪੇਜ ਖੁੱਲ ਜਾਏਗਾ ਜਿਹਦੇ ਵਿੱਚ ਆਪਸ਼ਨ ਆਉਂਦੀ ਹੈ ਵੀ ਤੁਸੀਂ ਉੱਥੇ ਕਿੰਨੀ ਦੇਰ ਲਈ ਅਪਲਾਈ ਕਰਨਾ ਹੈ, ਜਿਹੜਾ ਸਟੈਂਡਰਡ ਵਿਜ਼ਟਰ ਵੀਜ਼ਾ ਕਹਿੰਦੇ ਇਹਨੂੰ, 6 ਮਹੀਨੇ ਦਾ, 2 ਸਾਲ ਦਾ, 5 ਸਾਲ ਦਾ ਜਾਂ 1 ਸਾਲ ਦਾ, ਜੋ ਵੀ ਹੈ। ਫਿਰ ਤੁਸੀਂ ਉੱਥੇ ਨੀਚੇ ਤੁਸੀਂ ਦੇਖੋਗੇ ਤਾਂ ਨੀਚੇ ਇੱਕ ਸਟਾਰਟ ਦੀ ਆਪਸ਼ਨ ਹੋਏਗੀ, ਤੁਸੀਂ ਉੱਥੇ ਸਟਾਰਟ ਐਪਲੀਕੇਸ਼ਨ ਦੱਬ ਕੇ ਨੈਕਸਟ ਸਟੈਪ 'ਤੇ ਚਲੇ ਜਾਣਾ। ਉਹ ਤੋਂ ਨੈਕਸਟ ਸਟੈਪ ਆਏਗਾ ਤੁਹਾਡੀ ਲੈਂਗੁਏਜ ਵੀ ਤੁਸੀਂ ਕਿਸ ਲੈਂਗੁਏਜ, ਉਹਦੇ ਵਿੱਚ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਵੀ ਤੁਸੀਂ ਇੰਗਲਿਸ਼ ਹੀ ਚੁਣੋ, ਇੰਗਲਿਸ਼ ਨੂੰ ਕਲਿੱਕ ਕਰਕੇ ਫਿਰ ਤੁਸੀਂ, ਫਿਰ ਜਦੋਂ ਤੁਸੀਂ ਇਹ ਸਟੈਪ ਤੋਂ ਨੈਕਸਟ ਸਟੈਪ ਜਾਂਦੇ ਹੋ, ਉਹਦੇ ਵਿੱਚ ਉਹ ਪੁੱਛਦਾ ਹੈ ਵੀ ਤੁਹਾਡੀ ਜਿਹੜੀ ਬਾਇਓਮੈਟ੍ਰਿਕ ਹੈ ਉਹ ਤੁਸੀਂ ਕਿਸ ਕੰਟਰੀ 'ਚ ਦੇਣਾ ਚਾਹੁੰਦੇ ਹੋ, ਜਿਵੇਂ ਅਸੀਂ ਇੰਡੀਆ 'ਚ, ਤਾਂ ਇੰਡੀਆ 'ਤੇ ਕਲਿੱਕ ਕਰਕੇ ਫਿਰ ਨੈਕਸਟ ਸਟੈਪ 'ਤੇ ਚਲੇ ਜਾਓ। ਬਾਇਓਮੈਟ੍ਰਿਕ ਦੀ ਜਿਹੜੀ ਅਪੁਆਇੰਟਮੈਂਟ ਦੀ ਗੱਲ ਕਰਦਾ ਹਾਂ ਮੈਂ, ਉਹ ਹੁੰਦੀ ਹੈ ਵੀ ਤੁਹਾਡਾ ਜਿੱਥੇ ਤੁਸੀਂ ਆਪਣਾ ਥੋੜ੍ਹੇ ਬਹੁਤ ਫੋਰਮ, ਜਿਹੜੇ ਫੋਰਮ ਤਾਂ ਇੱਥੇ ਹੀ ਹੋ ਜਾਣਾ ਸਬਮਿਟ ਦਾ ਯੂਕੇ ਦਾ, ਅਤੇ ਉਹ ਤੋਂ ਬਾਅਦ ਜਿਹੜੇ ਤੁਸੀਂ ਆਪਣਾ ਪਾਸਪੋਰਟ ਦੇ ਨਾਲ ਆਪਣੀ ਬੈਂਕ ਸਟੇਟਮੈਂਟ ਅਤੇ ਹੋਰ ਡਾਕੂਮੈਂਟ ਜਮ੍ਹਾਂ ਕਰਾਉਣ ਜਾਣਾ ਹੈ, ਉਹਦੇ ਲਈ ਪੁੱਛੇਗਾ ਵੀ ਕਿਹੜੀ ਕੰਟਰੀ 'ਚ ਆਪਾਂ ਇੰਡੀਆ ਕਲਿੱਕ ਕਰਕੇ ਨੈਕਸਟ ਸਟੈਪ 'ਤੇ ਜਾਓਗੇ। ਨੈਕਸਟ ਸਟੈਪ 'ਤੇ ਫਿਰ ਉਹ ਤੁਹਾਡੀ ਮੰਗੇਗਾ ਮੇਲ ਆਈ ਡੀ, ਮੇਲ ਆਈ ਡੀ ਤੁਸੀਂ ਪ੍ਰੋਪਰ ਉਹੀ ਪਾਣੀ ਹੈ ਜਿਹੜੀ ਮੇਲ ਆਈ ਡੀ ਤੁਹਾਡੀ ਪ੍ਰੋਪਰ ਚੱਲਦੀ ਹੋਵੇ, ਕਿਉਂਕਿ ਸਾਰਾ ਤੁਹਾਡੀ ਮੇਲ ਆਈ ਡੀ ਦੇ ਥਰੂ ਇਹ ਦੁਬਾਰਾ ਐਪਲੀਕੇਸ਼ਨ ਖੋਲ੍ਹਣੀ ਹੈ, ਹਰੇਕ ਤੁਹਾਡਾ ਉਹਦੇ ਵਿੱਚ ਹੀ ਆਏਗਾ। ਅਤੇ ਆਪਣਾ ਪਾਸਵਰਡ ਤੁਸੀਂ ਕੋਈ ਅੱਛਾ ਜਿਹਾ ਵਧੀਆ ਜਿਹਾ ਜਨਰੇਟ ਕਰ ਲੈਣਾ ਹੈ, ਅਤੇ ਉਸਨੂੰ ਤੁਸੀਂ ਕਾਪੀ 'ਤੇ ਜ਼ਰੂਰ ਲਿਖਿਆ ਕਰੋ ਮੇਲ ਆਈ ਡੀ ਪਾਸਵਰਡ, ਤਾਂ ਕਿ ਤੁਸੀਂ ਫਿਊਚਰ 'ਚ ਭੁੱਲ ਨਾ ਜਾਓ। ਜਦੋਂ ਤੁਸੀਂ ਮੇਲ ਆਈ ਡੀ ਦੇ ਪਾਸਵਰਡ ਪਾ ਦੋਗੇ ਤਾਂ ਉੱਥੋਂ ਤੁਹਾਡੀ ਐਪਲੀਕੇਸ਼ਨ ਸਟਾਰਟ ਹੋ ਜਾਂਦੀ ਹੈ। ਫਿਰ ਉਹਦੇ ਵਿੱਚ ਨੈਕਸਟ ਸਟੈਪ ਆਉਂਦਾ ਹੈ ਜੀ ਤੁਹਾਡਾ ਟੈਲੀਫੋਨ ਨੰਬਰ, ਉਹ ਟੈਲੀਫੋਨ ਨੰਬਰ ਵੀ ਮੰਗਦਾ ਹੈ। ਫਿਰ ਉਹਦੇ ਵਿੱਚ ਇਨਫੋਰਮੇਸ਼ਨ ਆਉਂਦੀ ਹੈ ਵੀ ਟੈਲੀਫੋਨ ਨੰਬਰ ਦੇ ਰਾਹੀਂ ਤੁਹਾਡੇ ਨਾਲ ਕਿਵੇਂ ਕੰਟੈਕਟ ਕੀਤਾ ਜਾਵੇ, ਤੁਹਾਨੂੰ ਕਾਲ ਕੀਤੀ ਜਾਵੇ, ਤੁਹਾਨੂੰ ਮੈਸੇਜ ਕੀਤਾ ਜਾਵੇ, ਜਾਂ ਤੁਹਾਨੂੰ ਕਾਲ ਮੈਸੇਜ ਅਸੀਂ ਕੁਛ ਵੀ ਕਰ ਸਕਦੇ ਹਾਂ ਜਾਂ ਕੁਛ ਵੀ, ਅਤੇ ਤੁਸੀਂ ਕਾਲ ਐਂਡ ਮੈਸੇਜ ਦੋਨੋਂ ਅਲਾਓ ਕਰਕੇ ਉਹ ਤੋਂ ਨੈਕਸਟ ਸਟੈਪ 'ਤੇ ਚਲੇ ਜਾਣਾ ਹੈ। ਫਿਰ ਨੈਕਸਟ ਸਟੈਪ 'ਤੇ ਗੱਲ ਆ ਜਾਂਦੀ ਹੈ ਜੀ ਗਿਵਨ ਨੇਮ ਅਤੇ ਫੈਮਿਲੀ ਨੇਮ, ਇਹ ਤੁਸੀਂ ਭਰਨਾ ਹੈ। ਜੇ ਤੁਹਾਡੇ ਪਾਸਪੋਰਟ 'ਤੇ ਇੱਕ ਹੀ ਨਾਮ ਹੈ ਤਾਂ ਤੁਸੀਂ ਉਸਨੂੰ ਉਸ ਤਰ੍ਹਾਂ ਹੀ ਭਰਨਾ ਹੈ, ਜੇ ਗਿਵਨ ਨੇਮ ਹੈ ਤਾਂ ਗਿਵਨ ਨੇਮ ਦੇ ਵਿੱਚ ਭਰੋ, ਜੇ ਫੈਮਿਲੀ ਨੇਮ ਗਿਵਨ ਨੇਮ ਅਲੱਗ ਅਲੱਗ ਹੈ ਤਾਂ ਅਲੱਗ ਅਲੱਗ ਭਰੋ। ਉਸ ਤੋਂ ਬਾਅਦ ਤੁਸੀਂ ਆਪਣੀ ਪੂਰੀ ਡਿਟੇਲ ਸਟੈਪ ਬਾਏ ਸਟੈਪ ਭਰ ਕੇ, ਆਪਣਾ ਐਡਰੈਸ ਪ੍ਰੋਪਰ ਭਰ ਕੇ ਫਿਰ ਚਲੇ ਜਾਣਾ ਹੈ ਨੈਕਸਟ ਸਟੈਪ 'ਤੇ, ਜਿਹੜੀ ਤੁਹਾਡੀ ਸਾਰੀ ਡਿਟੇਲ ਉਹ ਪਾਸਪੋਰਟ ਦੇ ਅਕੋਰਡਿੰਗ ਹੀ ਹੋਣੀ ਚਾਹੀਦੀ ਹੈ। ਫਿਰ ਆ ਜਾਣਾ ਹੈ ਨੈਕਸਟ ਸਟੈਪ 'ਤੇ। ਨੈਕਸਟ ਸਟੈਪ 'ਤੇ ਉਹ ਪੁੱਛਦਾ ਹੈ ਵੀ ਤੁਸੀਂ ਜਿਹੜਾ ਐਡਰੈਸ ਭਰਿਆ ਹੈ ਉਸ ਐਡਰੈਸ 'ਤੇ ਕਿੰਨੇ ਚਿਰ ਤੋਂ ਰਹਿ ਰਹੇ ਹੋ, ਕੀ ਇਹ ਮਕਾਨ ਤੁਹਾਡਾ ਆਪਣਾ ਹੈ ਜਾਂ ਕਿਰਾਏ ਦਾ ਹੈ। ਇਹ ਛੋਟੀ ਛੋਟੀ ਚੀਜ਼ਾਂ ਵੀ ਯੂਕੇ ਦੇ ਫਾਰਮ 'ਚ ਜ਼ਰੂਰ ਮੈਨਸ਼ਨ ਕਰਨੀਆਂ ਪੈਂਦੀਆਂ ਹੈ, ਕਿਉਂਕਿ ਉਹਨਾਂ ਨੇ ਰੱਖੀ ਵੀ ਹੈ ਇਹ ਫੋਰਮੈਲਿਟੀ, ਭਰਨੀ ਪੈਂਦੀ ਹੈ ਹਰੇਕ ਚੀਜ਼। ਉਸ ਤੋਂ ਬਾਅਦ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਨੈਕਸਟ ਆ ਜਾਂਦਾ ਹੈ ਵੀ ਤੁਹਾਡੀ ਪਾਸਪੋਰਟ ਡਿਟੇਲ। ਫਿਰ ਤੁਸੀਂ ਆਪਣਾ ਉਵੇਂ ਪਾਸਪੋਰਟ ਨੰਬਰ, ਪਾਸਪੋਰਟ ਐਕਸਪਾਇਰੀ ਡੇਟ, ਪਾਸਪੋਰਟ ਦੀ ਜਾਰੀ ਹੋਣ ਦੀ ਮਿਤੀ, ਕਿਹੜੇ ਸਥਾਨ ਤੋਂ ਤੁਹਾਡਾ ਡੇਟ ਆਫ ਬਰਥ, ਸਾਰੀ ਡਿਟੇਲ ਅਕੋਰਡਿੰਗ ਟੂ ਪਾਸਪੋਰਟ ਤੁਸੀਂ ਸਟੈਪ ਬਾਏ ਸਟੈਪ ਵਿੱਚ ਭਰ ਦੇਣੀ ਹੈ। ਉਸ ਤੋਂ ਨੈਕਸਟ ਸਟੈਪ ਫਿਰ ਆ ਜਾਂਦਾ ਹੈ ਜੀ ਆਈ ਡੀ ਪਰੂਫ ਤੁਹਾਡਾ, ਜਾਂ ਤੁਸੀਂ ਆਧਾਰ ਕਾਰਡ ਵੀ ਕਰ ਸਕਦੇ ਹੋ, ਜਾਂ ਪਾਸਪੋਰਟ ਨੂੰ ਤੁਸੀਂ ਦੁਬਾਰਾ ਫਿਰ ਤੋਂ ਕਰ ਦਿਓ। ਇਹ ਉਹਦੇ ਵਿੱਚ ਵੀ ਸੇਮ ਪੁੱਛੇਗਾ ਵੀ ਤੁਹਾਡਾ ਐਕਸਪਾਇਰੀ ਡੇਟ ਜਾਂ ਸਮਥਿੰਗ, ਉਹ ਤੁਸੀਂ ਆਧਾਰ ਕਾਰਡ ਦੀ ਹੁੰਦੀ ਨੂੰ ਉਸ ਕੋਲਮ ਨੂੰ ਖਾਲੀ ਛੱਡ ਦਿਓ, ਜੇ ਤੁਸੀਂ ਪਾਸਪੋਰਟ ਨੰਬਰ ਹੀ ਪਾਇਆ ਤਾਂ ਉੱਥੇ ਫਿਰ ਭਰ ਦਿਓ ਉਸ ਚੀਜ਼ ਨੂੰ। ਫਿਰ ਨੈਕਸਟ ਜਿਵੇਂ ਹਰੇਕ ਕੰਟਰੀ 'ਚ ਪੁੱਛਿਆ ਜਾਂਦਾ ਵੀ ਤੁਸੀਂ ਕਿਸੇ ਹੋਰ ਕੰਟਰੀ ਦੀ PR ਲੈ ਕੇ ਰੱਖੀ ਹੋਈ ਹੈ ਤੁਹਾਡੇ ਕੋਲ, ਜਾਂ ਕਿਸੇ ਹੋਰ ਕੰਟਰੀ ਦੀ ਨੈਸ਼ਨੈਲਿਟੀ ਹੈਗੀ ਹੈ ਤਾਂ ਉਹ ਵੀ ਭਰਨੀ ਪੈਂਦੀ ਹੈ ਜੀ, ਜੇ ਹੈਗੀ ਹੈ ਤਾਂ ਭਰ ਦਿਉ, ਜੇ ਨਹੀਂ ਹੈਗੀ ਤਾਂ ਨੋ ਕਰਕੇ ਤੁਸੀਂ ਨੈਕਸਟ ਸਟੈਪ 'ਤੇ ਚਲੇ ਜਾਓ। ਅਗਲੇ ਸਟੈਪ 'ਤੇ ਜਾਣ ਤੋਂ ਬਾਅਦ ਖੁੱਲ੍ਹ ਜਾਂਦਾ ਹੈ ਇੰਪਲੋਇਮੈਂਟ ਦਾ ਵੀ ਤੁਸੀਂ ਕੀ ਕੰਮ ਕਰਦੇ ਹੋ, ਤੁਹਾਡੀ ਜੋਬ ਹੈ, ਤੁਹਾਡਾ
ਕੀ ਬਿਜ਼ਨਸ ਹੈ ਉਹਦੇ ਬਾਰੇ 'ਚ ਉਹਦੀ ਪੂਰੀ ਡਿਟੇਲ ਭਰ ਦਿਉ, ਐਡਰੈਸ ਭਰ ਦਿਉ, ਜਾਂ ਤੁਸੀਂ ਜਿੱਥੇ ਜੋਬ ਕਰਦੇ ਹੋ ਤਾਂ ਉਸ ਚੀਜ਼ ਦਾ ਐਡਰੈਸ ਵਗੈਰਾ ਸਾਰੀ ਡਿਟੇਲ ਪ੍ਰੋਪਰ ਭਰ ਕੇ ਫਿਰ ਨੈਕਸਟ ਸਟੈਪ 'ਤੇ ਆ ਜਾਂਦਾ ਹੈ ਉਹਦੇ ਵਿੱਚ ਤੁਹਾਡਾ ਵੀ ਤੁਸੀਂ ਕਿੰਨੀ ਸੇਵਿੰਗ ਹੈ ਤੁਹਾਡੇ ਕੋਲ ਤੁਹਾਡੇ ਬੈਂਕ ਅਕਾਊਂਟ ਦੇ ਬਾਰੇ 'ਚ, ਜਾਂ ਤੁਹਾਡਾ ਕੋਈ ਇਨਕਮ ਸੋਰਸ ਹੋਰ ਹੈਗਾ ਜਿਵੇਂ ਕਈ ਵਾਰ ਰੈਂਟਲੀ ਇਨਕਮ ਹੁੰਦੀ ਹੈ ਆਪਾਂ ਨੂੰ, ਉਹਦੀ ਡਿਟੇਲ ਦੇ ਦਿਉ ਅਤੇ ਟੋਟਲ ਆਪਣਾ ਅਕਾਊਂਟ ਦੀ ਸੇਵਿੰਗ ਦੱਸ ਦਿਉ ਵੀ ਸਾਡੇ ਅਕਾਊਂਟ 'ਚ ਇੰਨੇ, ਜਿੰਨੇ ਤੁਹਾਡੇ ਅਕਾਊਂਟ 'ਚ ਹੋਣ ਉਨੇ ਹੀ ਪ੍ਰੋਪਰ ਦੱਸਣੇ ਹੈ, ਕਿਉਂਕਿ ਵੱਧ ਘੱਟ ਨਹੀਂ ਦੱਸ ਸਕਦੇ ਯੂਕੇ ਇਸ ਚੀਜ਼ ਨੂੰ। ਇੱਕ ਮੇਨ ਗੱਲ ਜਿਹੜੀ ਹੈ, ਯੂਕੇ 'ਚ ਜਦੋਂ ਤੁਸੀਂ ਫਾਈਲ ਆਪਣੀ ਅਪੋਇੰਟਮੈਂਟ ਦੇ ਪਾਸਪੋਰਟ ਦੇਣ ਜਾਣਾ ਹੈ ਤਾਂ ਉਹਨਾਂ ਨੇ ਸਿਰਫ ਤੁਹਾਡੇ ਤੋਂ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ, ਇੱਕ ਪਾਸਪੋਰਟ, ਇੱਕ ਤੁਹਾਡੀ ਬੈਂਕ ਸਟੇਟਮੈਂਟ 6 ਮਹੀਨੇ ਦੀ। ਇਹ ਦੋ ਡਾਕੂਮੈਂਟ ਜ਼ਰੂਰੀ ਹੈ, ਉਸ ਤੋਂ ਇਲਾਵਾ ਤੁਸੀਂ ਲਾ ਸਕਦੇ ਹੋ, ਬਟ ਉਹਦੇ ਲਈ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਆਈਟਨਰੀ ਜਾਂ ਟਰੈਵਲ ਟਿਕਟ ਆਪਣੀ ਹੈ ਟਿਕਟ ਜਾਂ ਅਕੋਮੋਡੇਸ਼ਨ ਜਾਂ ਤੁਸੀਂ ਕਵਰ ਲੈਟਰ ਉਹ ਚਾਹੇ ਤੁਸੀਂ ਨਾ ਵੀ ਦਿਉ, ਤੁਸੀਂ ਸਿਰਫ ਪਾਸਪੋਰਟ ਅਤੇ 6 ਮਹੀਨੇ ਦੀ ਸਟੇਟਮੈਂਟ ਬਹੁਤ ਜ਼ਰੂਰੀ ਹੈ ਦੇਣੀ, ਇਹਦੇ ਆਧਾਰ 'ਤੇ ਹੀ ਤੁਹਾਡਾ ਵੀਜ਼ਾ ਆਉਂਦਾ ਹੈ। ਹੁਣ ਆਪਾਂ ਫਿਰ ਉੱਥੇ ਆਈਏ ਵੀ ਜਿਹੜੀ ਤੁਸੀਂ ਆਪਣੀ ਸੇਵਿੰਗ ਦਿਖਾਓਗੇ ਉਹ ਤੁਹਾਡੇ ਪ੍ਰੋਪਰ ਅਕਾਊਂਟ 'ਚ ਹੋਣੀ ਚਾਹੀਦੀ ਹੈ। ਨੈਕਸਟ ਸਟੈਪ ਆ ਜਾਂਦਾ ਹੈ ਜੀ ਵੀ ਤੁਸੀਂ ਇੰਡੀਆ ਦੇ ਵਿੱਚ ਕਿੰਨਾ ਖਰਚਾ ਕਰਦੇ ਹੋ, ਪਰ ਮੰਥ ਦਾ ਤੁਹਾਡਾ ਖਰਚਾ ਕਿੰਨਾ ਹੈ, ਤੁਹਾਡੇ 'ਤੇ ਛੋਟੇ ਛੋਟੇ ਕੁਐਸਚਨ ਹੈ ਵੀ ਕੌਣ ਡਿਪੈਂਡ ਹੈ, ਜਾਂ ਤੁਹਾਡਾ ਜਿਹੜਾ ਤੁਸੀਂ ਯੂਕੇ ਆਉਣ ਦਾ ਪਲਾਨ ਕਰ ਰਹੇ ਹੋ ਉਹਦਾ ਖਰਚਾ ਕੌਣ ਕਰ ਰਿਹਾ ਹੈ, ਇਹ ਛੋਟੇ ਛੋਟੇ ਕੁਐਸਚਨ ਤੁਸੀਂ ਆਪ ਕਰ ਰਹੇ ਹੋ ਤਾਂ ਆਪਣਾ ਹੀ ਲਿਖ ਦਿਉ, ਮਦਰ ਫਾਦਰ ਦੀ ਸਪੋਰਟ ਹੈ ਤਾਂ ਉਹ ਲਿਖ ਦਿਉ। ਨੈਕਸਟ ਸਟੈਪ ਫਿਰ ਆ ਜਾਂਦਾ ਹੈ ਵੀ ਤੁਸੀਂ ਯੂਕੇ ਆਉਣਾ ਹੈ ਉਹਦੇ ਲਈ ਤੁਹਾਡੇ ਕੋਲ ਕਿੰਨੇ ਫੰਡਸ ਹੈ, ਤੁਸੀਂ ਯੂਕੇ ਆ ਕੇ ਕਿੰਨਾ ਖਰਚਾ ਕਰੋਗੇ, ਇਹ ਵੀ ਬੜਾ ਸੋਚ ਸਮਝ ਕੇ ਭਰਨਾ ਪੈਂਦਾ ਹੈ, ਨਾ ਕੋਈ ਜ਼ਿਆਦਾ ਵਧਾ ਕੇ ਭਰੋ ਨਾ ਘਟਾ ਕੇ ਭਰੋ, ਬੈਲੈਂਸ ਜਿਹਾ ਕਰਕੇ ਤੁਸੀਂ ਕਿੰਨੇ ਦਿਨ ਦੀ ਆਈਟਨਰੀ ਬਣਾਈ ਹੈ, ਕਿੰਨੇ ਦਿਨ ਦਾ ਤੁਹਾਡਾ ਟ੍ਰਿਪ ਪਲੈਨ ਹੈ, ਉਸ ਅਕੋਰਡਿੰਗ ਹੀ ਤੁਸੀਂ ਇਸ ਵਿੱਚ ਮੈਨਸ਼ਨ ਕਰੋ ਵੀ ਅਸੀਂ ਇੰਨੇ ਪੌਂਡ ਉੱਥੇ ਖਰਚਾ ਕਰਨਾ ਜਾਂ ਅਸੀਂ ਇੰਨੇ INR ਉੱਥੇ ਖਰਚਣੇ ਹੈ। ਫਿਰ ਜਦੋਂ ਤੁਸੀਂ ਨੈਕਸਟ ਕਰਦੇ ਹੈ ਤਾਂ ਉੱਥੇ ਫਿਰ ਆ ਜਾਂਦਾ ਹੈ ਵੀ ਤੁਸੀਂ ਉੱਥੇ ਕਿਸੇ ਨੂੰ ਜਾਣਦੇ ਹੋ ਜਾਂ ਤੁਸੀਂ ਉੱਥੇ ਕਿਸੇ ਨੂੰ ਮਿਲਣ ਜਾ ਰਹੇ ਹੋ, ਕਿਉਂਕਿ ਵਾਰ ਵਾਰ ਇਹੀ ਕੁਐਸਚਨ ਕਈ ਵਾਰ ਹੁੰਦਾ ਵੀ ਆਪਾਂ ਪਿੱਛੇ ਨਾ ਕੀਤੀ ਵੀ ਹੁੰਦੀ ਵੀ ਅਸੀਂ ਯੂਕੇ ਕਿਸੇ ਕੋਲ ਨਹੀਂ ਜਾ ਰਹੇ, ਅੱਗੇ ਯੈਸ ਕਰ ਦਿਉ ਤਾਂ ਇਹ ਵੀ ਕਾਰਨ ਬਣਦਾ ਵੀ ਵੀਜ਼ਾ ਕਈ ਵਾਰ ਰਿਫਿਊਜ਼ ਹੋ ਜਾਂਦਾ। ਇਸ ਕਰਕੇ ਇਸ ਚੀਜ਼ ਨੂੰ ਬੜਾ ਧਿਆਨ ਨਾਲ ਦੇਖਣਾ ਹੈ, ਜੇ ਤੁਸੀਂ ਸ਼ੁਰੂ ਤੋਂ ਹੀ ਇਨਵਾਈਟ ਕੀਤਾ ਗਿਆ ਕਿਸੇ ਦੁਆਰਾ ਤਾਂ ਤੁਸੀਂ ਉਸ ਤਰੀਕੇ ਨਾਲ ਡਿਟੇਲ ਭਰਨੀ ਹੈ, ਜੇ ਤੁਸੀਂ ਜਾ ਰਹੇ ਹੋ ਸਿਰਫ ਘੁੰਮਣ ਦੇ ਪਰਪਸ ਲਈ ਤਾਂ ਅੱਗੇ ਤੁਸੀਂ ਇਸ ਚੀਜ਼ ਨੂੰ ਨੋ ਕਰ ਦੇਣਾ ਹੈ, ਨੋ ਕਰਕੇ ਫਿਰ ਤੁਸੀਂ ਅੱਗੇ ਵਧੋ। ਫਿਰ ਉਹ ਪੁੱਛੇਗਾ ਤੁਹਾਡੇ ਤੋਂ ਯੂਕੇ ਵਿੱਚ ਕਰਨ ਲਈ ਕੀ ਐਕਟੀਵਿਟੀਜ਼ ਹੈ, ਤੁਸੀਂ ਉੱਥੇ ਕੀ ਕਰਨਾ ਹੈ, ਕੀ ਘੁੰਮਣਾ ਹੈ, ਉਹ ਤੁਸੀਂ ਥੋੜ੍ਹੀ ਬਹੁਤੀ ਸਟੱਡੀ ਕਰਕੇ ਉਹਦੇ ਵਿੱਚ ਭਰ ਦਿਉ ਆਪਣਾ ਵੀ ਅਸੀਂ ਮੰਨ ਲਓ ਲੰਡਨ ਚੱਲੇ ਹਾਂ ਤਾਂ ਲੰਡਨ ਆਈ ਜਾਂ ਹੋਰ ਉੱਥੇ ਬ੍ਰਿਜ ਹੈ, ਹੋਰ ਛੋਟੀ ਛੋਟੀਆਂ ਜਿਹੜੀਆਂ ਉੱਥੇ ਫੇਮਸ ਜਗ੍ਹਾ ਹੈ ਉਹਨਾਂ ਦਾ ਜ਼ਿਕਰ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਦੇਣਾ ਪਏਗਾ, ਤੁਹਾਨੂੰ ਉਹਦੀ ਤਿਆਰੀ ਵੀ ਕਰਨੀ ਪਏਗੀ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਯੂਕੇ ਜਾਣਾ ਹੈ ਤਾਂ ਵੀਜ਼ਾ ਅਪਲਾਈ ਕਰ ਰਹੇ ਹਾਂ ਵਿਜ਼ਟਰ ਵੀਜ਼ਾ, ਅਤੇ ਅਸੀਂ ਕੀ ਉੱਥੇ ਜਾ ਕੇ ਐਕਟੀਵਿਟੀਜ਼ ਕਰਨੀਆਂ ਹੈ, ਇਹ ਜ਼ਰੂਰ ਤੁਸੀਂ ਉਹਦੇ ਵਿੱਚ ਮੈਂਸ਼ਨ ਕਰ ਦੇਣੀਆਂ ਹੈ। ਫਿਰ ਨੈਕਸਟ ਸਟੈਪ ਆ ਜਾਂਦਾ ਜੀ ਤੁਹਾਡਾ ਪਾਰਟਨਰ ਵੀ ਉਹ ਤੁਹਾਡੇ ਨਾਲ ਜਾ ਰਿਹਾ ਨਹੀਂ ਜਾ ਰਿਹਾ, ਜੇ ਨਹੀਂ ਜਾ ਰਿਹਾ ਫਿਰ ਤੁਹਾਨੂੰ ਉਹਦੀ ਡਿਟੇਲ ਤਾਂ ਦੇਣੀ ਪਏਗੀ, ਪਾਸਪੋਰਟ ਨੰਬਰ ਐਟਸੈਕਟਰਾ, ਹਰੇਕ ਚੀਜ਼ ਮਤਲਬ ਕਿ ਉਹਦੀ ਡੇਟ ਆਫ ਬਰਥ ਵੀ ਈਵਨ ਕਿ, ਅਤੇ ਮਦਰ ਫਾਦਰ ਦਾ ਵੀ ਸੇਮ, ਤੁਹਾਡੇ ਉਹਨਾਂ ਦਾ ਵੀ ਪਾਸਪੋਰਟ ਨੰਬਰ ਅਤੇ ਉਹਨਾਂ ਦੀ ਡਿਟੇਲ ਡੇਟ ਆਫ ਬਰਥ ਸਭ ਕੁਝ ਇਹਦੇ ਵਿੱਚ ਭਰਨਾ ਪੈਂਦਾ ਹੈ। ਇਕੱਲਾ ਇਕੱਲਾ ਆਪਸ਼ਨ ਦੇ ਸਟੈਪ ਬਾਈ ਸਟੈਪ ਆਉਂਦਾ ਹੈ ਜੀ, ਪਹਿਲਾਂ ਉੱਪਰ ਪਾਰਟਨਰ ਦੀ ਡਿਟੇਲ, ਫਿਰ ਆ ਜਾਂਦੀ ਮਦਰ ਫਾਦਰ ਇਕੱਠੇ, ਜੇ ਤੁਸੀਂ ਪਹਿਲਾਂ ਫਾਦਰ ਕਲਿੱਕ ਕਰਤਾ ਤਾਂ ਫਾਦਰ ਡਿਟੇਲ ਭਰ ਦਿਉ, ਜੇ ਮਦਰ ਕਲਿੱਕ ਕਰਤਾ ਤਾਂ ਮਦਰ ਦੀ ਕਰ ਦਿਉ, ਭਰ ਦਿਉ ਡਿਟੇਲ, ਅਤੇ ਈਵਨ ਕਿ ਤੁਹਾਡੇ 'ਤੇ ਡਿਪੈਂਡ ਵੀ ਪੁੱਛਦਾ ਵੀ ਤੁਹਾਡੇ ਫੈਮਿਲੀ 'ਚ ਕੌਣ ਕੌਣ ਤੁਹਾਡੇ 'ਤੇ ਡਿਪੈਂਡ ਹੈ, ਜਿਸ ਤਰ੍ਹਾਂ ਤੁਹਾਡੇ ਕੋਈ ਬੱਚੇ ਹੈ ਜਾਂ ਤੁਹਾਡੇ ਮਦਰ ਫਾਦਰ ਹੈ, ਉਹ ਵੀ ਤੁਹਾਨੂੰ ਦੱਸਣਾ ਪੈਂਦਾ ਇਹਦੇ ਵਿੱਚ ਵੀ ਹਾਂਜੀ ਇਹ ਮੇਰੇ ਉੱਤੇ ਡਿਪੈਂਡ ਹੈ, ਇਸ ਕਰਕੇ ਉਹਦੀ ਵੀ ਡਿਟੇਲ ਤੁਹਾਨੂੰ ਪ੍ਰੋਪਰ ਭਰਨੀ ਪੈਂਦੀ ਹੈ, ਨਾਮ ਪਾ ਕੇ ਪ੍ਰੋਪਰ ਐਨ ਤਰੀਕੇ ਨਾਲ। ਫਿਰ ਨੈਕਸਟ ਕੁਐਸਚਨ ਆ ਜਾਂਦਾ ਵੀ ਤੁਸੀਂ ਯੂਕੇ ਵਿੱਚ ਕਿੱਥੇ ਰਹੋਗੇ,
ਇਹ ਤੁਸੀਂ ਆਪਣਾ ਹੋਟਲ ਦਾ ਨਾਮ ਤੁਸੀਂ ਪ੍ਰੀ ਬੁਕਿੰਗ ਕਰਕੇ ਰੱਖੋ, ਮਤਲਬ ਕਿ ਦੂਜੀ ਪੇਡ ਨਹੀਂ, ਜਿਹੜੀ ਪੇ ਐਟ ਪ੍ਰੋਪਰਟੀ ਕਰਕੇ ਬੁਕਿੰਗ ਹੁੰਦੀ ਹੈ, ਜਿਹਦੇ ਵਿੱਚ ਕਿ ਤੁਹਾਡਾ ਇੱਕ ਪਤਾ ਲੱਗੇ ਤੁਹਾਨੂੰ ਵੀ ਅਸੀਂ ਇਹ ਹੋਟਲ 'ਚ ਰਹਿਣਾ ਹੈ, ਤੁਸੀਂ ਉਹ ਭਰੋ, ਉਹਦਾ ਐਡਰੈਸ ਭਰੋ, ਉਸ ਤੋਂ ਬਾਅਦ 'ਚੋਂ ਨੈਕਸਟ ਫਿਰ ਸਟੈਪ ਆ ਜਾਂਦਾ ਇਹਦੇ ਵਿੱਚ, ਤੁਸੀਂ ਇਕੱਲੇ ਜਾ ਰਹੇ ਹੋ ਜਾਂ ਤੁਹਾਡੇ ਨਾਲ ਕੋਈ ਜਾ ਰਿਹਾ ਉੱਥੇ, ਉਹਦੀ ਡਿਟੇਲ ਭਰੋ। ਜੇ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਉੱਥੇ ਫਾਰਮ ਠੀਕ ਹੈ ਜੀ, ਨਹੀਂ ਫਿਰ ਅੱਗੇ ਉਹ ਖੁੱਲ੍ਹ ਜਾਏਗਾ ਵੀ ਕੌਣ ਤੁਹਾਡੇ ਨਾਲ ਜਾ ਰਿਹਾ ਹੈ, ਉਹਦੀ ਡਿਟੇਲ ਤੁਹਾਨੂੰ ਭਰਨੀ ਪਏਗੀ ਵਿੱਚ। ਫਿਰ ਨੈਕਸਟ ਮੇਨ ਆ ਜਾਂਦਾ ਜੀ ਟਰੈਵਲ ਹਿਸਟਰੀ। ਟਰੈਵਲ ਹਿਸਟਰੀ ਦਾ ਇਹਨਾਂ ਦਾ ਸਿਸਟਮ ਹੈ ਜੀ, ਜਦੋਂ ਤੁਸੀਂ ਪੁੱਛਦਾ ਹੈ ਵੀ ਤੁਸੀਂ ਪਹਿਲਾਂ ਤਾਂ ਕੁਐਸਚਨ ਇਹ ਆ ਜਾਂਦਾ ਵੀ ਤੁਸੀਂ ਪਹਿਲਾਂ UK ਟਰੈਵਲ ਹੋ, ਜੇ ਹੋ ਤਾਂ ਤੁਸੀਂ ਯੈਸ ਕਰ ਦਿਓ, ਫਿਰ ਉਹ ਡੇਟ ਵਗੈਰਾ ਵੀ ਭਰਨੀ ਪਏਗੀ। ਜੇ ਤੁਸੀਂ ਨਹੀਂ ਹੋ ਤਾਂ ਨੋ ਕਰੋਗੇ, ਫਿਰ ਤੁਹਾਨੂੰ ਪੁੱਛੇਗਾ ਦੂਜੀ ਕੰਟਰੀਆਂ ਬਾਰੇ, ਕਿਆ ਤੁਸੀਂ ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਐਂਡ ਈਵਨ ਕਿ ਸਵਿਟਜ਼ਰਲੈਂਡ, ਸ਼ੈਂਗਨ, ਉਹਦੇ ਬਾਰੇ ਵੀ ਪੁੱਛਦਾ ਹੈ। ਉੱਥੇ ਤੁਸੀਂ ਜੇ ਘੁੰਮੇ ਹੋਏ ਤਾਂ ਯੈਸ ਕਰਕੇ ਫਿਰ ਉਹਦਾ ਕਿੰਨੇ ਦਿਨ ਲਈ ਗਏ ਹੋ, ਕਿਹੜੀ ਡੇਟਾਂ 'ਤੇ ਗਏ ਹੋ, ਇਹ ਵੀ ਭਰਨੀ ਪਏਗੀ। ਫਿਰ ਉਸ ਤੋਂ ਜਦੋਂ ਨੈਕਸਟ ਕਰਦੇ ਹੋ, ਫਿਰ ਆ ਜਾਂਦਾ ਹੈ ਡਿਟੇਲ ਵੀ ਤੁਸੀਂ ਇਹਨਾਂ ਤੋਂ ਇਲਾਵਾ ਕੋਈ ਹੋਰ ਕੰਟਰੀਆਂ ਜਿਵੇਂ ਦੂਜੀਆਂ ਸੀ, ਦੁਬਈ, ਸਿੰਗਾਪੁਰ, ਕੋਈ ਵੀ ਲਾ ਲਓ ਆਲ ਓਵਰ ਵਰਲਡ 'ਚ ਵੀ ਉੱਥੇ ਘੁੰਮੇ ਹੋ, ਉਹਨਾਂ ਦੀ ਜੇ ਤੁਸੀਂ ਘੁੰਮੇ ਹੋ ਤਾਂ ਤੁਹਾਡਾ ਉੱਥੇ ਉੱਪਰ ਤੁਸੀਂ ਆਪਸ਼ਨ ਕਲਿੱਕ ਕਰੋਗੇ ਤਾਂ ਨਾਮ ਆ ਜਾਣਗੇ, ਨਾਮ 'ਚ ਤੁਸੀਂ ਸਿਲੈਕਟ ਕਰੋ। ਸਿਲੈਕਟ ਕਰਕੇ ਫਿਰ ਉਸ ਤੋਂ ਬਾਅਦ 'ਚ ਉਹ ਪੁੱਛੇਗਾ ਵੀ ਕਦੋਂ ਗਏ ਸੀ, ਕਦੋਂ ਤੁਹਾਡੀ ਉੱਥੋਂ ਰਿਟਰਨ ਸੀ, ਵਾਪਸੀ, ਇਹ ਸਾਰੀ ਡਿਟੇਲ ਪਾਉਣੀ ਪੈਂਦੀ ਹੈ ਉਹਦੇ ਵਿੱਚ ਫੋਰਮ ਦੇ ਵਿੱਚ। ਜਿੰਨੀਆਂ ਕੰਟਰੀਆਂ ਤੁਸੀਂ ਟਰੈਵਲ ਹੋ, ਮੈਂ ਤਾਂ ਕਹੂੰਗਾ ਸਾਰੀਆਂ ਮੈਨਸ਼ਨ ਕਰ ਦਿਉ, ਜੇ ਇੱਕ ਦੋ ਹੋ ਤਾਂ ਇੱਕ ਦੋ ਕਰ ਦਿਉ, ਜੇ ਤੁਸੀਂ ਚਾਹੇ ਈਵਨ ਕਿ 8-10 ਹੋ ਤਾਂ 8-10 ਡਿਟੇਲ ਭਰ ਦਿਉ, ਕੋਈ ਫਰਕ ਨਹੀਂ ਪੈਂਦਾ, 5-10 ਮਿੰਟ ਫਾਲਤੂ ਲੱਗ ਜਾਂਦੇ ਆ, ਬਟ ਇੱਕ ਸੋਲਿਡ ਹੋ ਜਾਂਦਾ ਹੈ ਫੋਰਮ ਜਿਹੜਾ ਤੁਸੀਂ ਭਰਦੇ ਹੋ। ਤੁਹਾਡਾ ਵੀਜ਼ਾ ਆਉਣ ਦੇ ਚਾਂਸ ਕਾਫੀ ਵੱਧ ਜਾਂਦੇ ਆ, ਪਤਾ ਲੱਗਦਾ ਵੀ ਬੰਦਾ ਟਰੈਵਲ ਕਰਦਾ ਰਹਿੰਦਾ, ਇਹਦਾ ਕੋਈ ਉੱਥੇ ਰੁਕਣ ਦਾ ਕੋਈ ਮੋਟਿਵ ਨਹੀਂ ਹੁੰਦਾ, ਇਹ ਸਿਰਫ ਘੁੰਮਣ ਦਾ ਸ਼ੌਕੀਨ ਹੈ। ਇਸ ਕਰਕੇ ਪ੍ਰੋਪਰ ਤੁਸੀਂ ਦੇਖ ਕੇ ਆਪਣਾ ਪਾਸਪੋਰਟ ਵੀ ਕਿਹੜੀ ਤਰੀਕ ਨੂੰ ਅਸੀਂ ਇਸ ਕੰਟਰੀ 'ਚ ਐਂਟਰ ਹੋਏ ਸੀ, ਕਿਹੜੀ ਤਰੀਕ ਨੂੰ ਇਸ ਕੰਟਰੀ 'ਚੋਂ ਅਸੀਂ ਐਗਜ਼ਿਟ ਹੋਏ ਹਾਂ, ਉਹਦੀ ਡਿਟੇਲ ਭਰ ਦਿਉ ਪ੍ਰੋਪਰ। ਫਿਰ ਉਹਦੀ ਡਿਟੇਲ ਭਰਨ ਤੋਂ ਬਾਅਦ ਟਰੈਵਲ ਹਿਸਟਰੀ ਦੀ, ਫਿਰ ਉਹ ਪੁੱਛਦਾ ਹੈ ਵੀ ਰਿਫਿਊਜ਼, ਜਾਂ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟ ਹੋਏ ਹੋ ਜਾਂ ਕੱਢੇ ਗਏ ਹੋ, ਜੋ ਵੀ ਹੈ ਰਿਫਿਊਜ਼ਲ ਲਾ ਲਓ ਜਿਸ ਤਰ੍ਹਾਂ ਨਾ, ਫਿਰ ਉਹਦੀ ਪੂਰੀ ਡਿਟੇਲ ਪੁੱਛਦਾ ਵੀ ਤੁਸੀਂ ਦੱਸੋ। ਫਿਰ ਤੁਸੀਂ ਜਿਵੇਂ ਜਿਵੇਂ ਕਿ ਉਹਨਾਂ ਕੋਲ ਤਾਂ ਸਾਰਾ ਰਿਕਾਰਡ ਹੁੰਦਾ ਹੈ, ਜਦੋਂ ਤੁਸੀਂ ਉਹਨਾਂ ਨੇ ਤੁਹਾਡਾ ਪਾਸਪੋਰਟ ਨੰਬਰ ਐਡ ਕਰਨਾ ਹੈ ਤਾਂ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਣਾ ਵੀ ਇਹ ਬੰਦੇ ਨੇ ਇੰਨੀ ਤਰੀਕ ਨੂੰ ਇੱਥੇ ਵੀਜ਼ਾ ਅਪਲਾਈ ਕੀਤਾ ਸੀ, ਇੰਨੀ ਤਰੀਕ ਨੂੰ ਇੱਥੋਂ ਵੀਜ਼ਾ ਅਪਲਾਈ ਕੀਤਾ ਸੀ, ਇਹ ਵੀਜ਼ਾ ਇਹਨੂੰ ਮਿਲਿਆ ਹੈ, ਇਹ ਵੀਜ਼ਾ ਇਹਦਾ ਰਿਫਿਊਜ਼ ਹੋਇਆ ਹੈ, ਜਾਂ ਇਹ ਕੰਟਰੀ ਤੋਂ ਇਹਨੂੰ ਐਵੇਂ ਐਂਟਰ ਨਹੀਂ ਹੋਣ ਦਿਆ, ਜਾਂ ਏਅਰਪੋਰਟ ਤੋਂ ਕਿਵੇਂ ਵਾਪਿਸ ਕੀਤਾ, ਸਭ ਡਿਟੇਲ ਤੁਸੀਂ ਜੋ ਵੀ ਹੋਊਗੀ ਬਿਲਕੁਲ ਸਹੀ, ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਭਰ ਦੇਣੀ ਹੈ। ਅਸੀਂ ਇਹ ਕੰਟਰੀ ਅਪਲਾਈ ਕੀਤੀ ਸੀ ਜੀ, ਇਹ ਸਾਲ 'ਚ ਅਪਲਾਈ ਕੀਤੀ ਸੀ, ਸਾਡਾ ਰਿਫਿਊਜ਼ਲ ਦਾ ਕਾਰਨ ਕੀ ਹੈ। ਉਹ ਤੁਸੀਂ ਜੇ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਰਿਫਿਊਜ਼ਲ ਦਾ ਕਾਰਨ, ਤੁਸੀਂ ਇੱਕ ਸਿੰਪਲ ਵਰਡ ਮੈਂ ਤੁਹਾਨੂੰ ਛੋਟਾ ਜਿਹਾ ਦੱਸਾਂਗਾ, ਲਿਖ ਸਕਦੇ ਹੋ ਵੀ ਵੀਜ਼ਾ ਆਫੀਸਰ ਵਾਸ ਨੋਟ ਸੈਟਿਸਫਾਈਡ, ਜਾਂ ਇਹੀ ਹੁੰਦਾ ਬੇਸਿਕ, ਵੈਸੇ ਵੀ ਵੀਜ਼ਾ ਆਫੀਸਰ ਨੂੰ ਅਸੀਂ ਸੈਟਿਸਫਾਈ ਨਹੀਂ ਕਰ ਪਾਏ, ਉਹ ਸੈਟਿਸਫਾਈ ਨਹੀਂ ਹੋਇਆ। ਇਹ ਤੁਸੀਂ ਜੇ ਤੁਹਾਨੂੰ ਪ੍ਰੋਪਰ ਪਤਾ ਹੈ ਰੀਜ਼ਨ, ਤੁਹਾਡੇ ਤੋਂ ਕੋਈ ਗਲਤੀ ਹੋਈ ਸੀ ਫੋਰਮ ਭਰਨ 'ਚ ਜਾਂ ਤੁਹਾਡੇ ਤੋਂ ਬੈਂਕ ਸਟੇਟਮੈਂਟਾਂ 'ਚ ਜਾਂ ਕਿਸੇ ਹੋਰ ਰੀਜ਼ਨ ਕਰਕੇ, ਤਾਂ ਤੁਸੀਂ ਪ੍ਰੋਪਰ ਉਹ ਲਿਖ ਦਿਉ। ਅਦਰਵਾਈਜ਼ ਜੇ ਨਹੀਂ ਪਤਾ ਤਾਂ ਤੁਸੀਂ ਸਿੱਧਾ ਲਿਖ ਸਕਦੇ ਹੋ ਵੀਜ਼ਾ ਆਫੀਸਰ ਵਾਸ ਨੋਟ ਸੈਟਿਸਫਾਈਡ, ਜਿਹੜਾ ਤੁਹਾਡਾ ਰਿਫਿਊਜ਼ਲ ਲੈਟਰ ਹੁੰਦਾ ਪੁਰਾਣੀ ਕਿਸੇ ਕੰਟਰੀ ਦਾ ਆਇਆ ਹੋਵੇ, ਉਹਦੇ 'ਤੇ ਸਾਰਾ ਕੁਝ ਲਿਖਿਆ ਹੁੰਦਾ ਹੈ, ਤੁਸੀਂ ਉਹ ਵੀ ਮੈਂਸ਼ਨ ਕਰ ਸਕਦੇ ਹੋ। ਫਿਰ ਨੈਕਸਟ ਸਟੈਪ ਉਹੀ ਆ ਜਾਂਦਾ ਜੀ ਕਰੈਕਟਰ ਬਾਰੇ। ਕਰੈਕਟਰ ਬਾਰੇ ਜਿਵੇਂ ਹਰੇਕ ਕੰਟਰੀਆਂ 'ਤੇ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ, ਹਰੇਕ ਕੰਟਰੀਆਂ 'ਤੇ ਸੇਮ ਹੀ ਕੁਐਸਚਨ ਹੁੰਦੇ ਹੈ, ਉਹਦੇ ਵਿੱਚ ਤੁਸੀਂ ਯੈਸ ਜਾਂ ਨੋ 'ਚ ਆਂਸਰ ਦੇਣਾ ਹੁੰਦਾ ਹੈ। ਵੀ ਤੁਸੀਂ ਛੋਟੇ ਮੋਟੇ ਕੁਐਸਚਨ ਹੁੰਦੇ, ਜ਼ਿਆਦਾਤਰ ਇਹਦੇ ਆਂਸਰ ਨੋ 'ਚ ਹੁੰਦੇ ਆ ਜੀ, ਅਤੇ ਤੁਸੀਂ ਉਹ ਕਰ ਕਰਕੇ ਜਿਵੇਂ ਅੱਗੇ ਜਾਂਦੇ ਹੋ, ਫਿਰ ਨੈਕਸਟ ਸਟੈਪ ਉਹ ਤੋਂ ਬਾਅਦ 'ਚੋਂ ਆ ਜਾਂਦਾ ਹੈ ਫਿਰ ਤੁਹਾਡੇ ਡਾਕੂਮੈਂਟਸ।
ਵੀ ਤੁਸੀਂ ਜਦੋਂ ਅਪੁਆਇੰਟਮੈਂਟ ਵੇਲੇ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹੈ। ਉਹਦੇ ਵਿੱਚ ਇਹਨਾਂ ਵੱਲੋਂ ਤਾਂ ਮੇਨ ਮੈਂ ਪਹਿਲਾਂ ਵੀ ਦੱਸ ਚੁੱਕਿਆ, ਦੋ ਹੀ ਡਾਕੂਮੈਂਟ ਇਹ ਕਹਿੰਦੇ, ਇੱਕ ਪਾਸਪੋਰਟ, ਇੱਕ ਤੁਹਾਡੇ 6 ਮੰਥ ਦੀ ਬੈਂਕ ਸਟੇਟਮੈਂਟ, ਦੋ ਚੀਜ਼ਾਂ ਇਹ ਕਹਿੰਦੇ ਜ਼ਰੂਰ ਲੈ ਕੇ ਆਓ। ਉਸ ਤੋਂ ਇਲਾਵਾ ਤੁਸੀਂ ਆਪਣਾ ਨਾਲ ਕਵਰ ਲੈਟਰ, ਤੁਸੀਂ ਆਪਣੀ ਆਈਟਨਰੀ, ਤੁਸੀਂ ਆਪਣੇ ਬਿਜ਼ਨਸ ਦੇ ਪਰੂਫ, ਅਤੇ ਤੁਸੀਂ ਆਪਣੀ ਐਕੋਮੋਡੇਸ਼ਨ ਦੀ ਜਿਹੜਾ ਪ੍ਰਿੰਟ ਕੱਢਿਆ ਉਹ ਹੋਵੇ, ਈਵਨ ਕਿ ਡੰਮੀ ਟਿਕਟ ਵੀ ਲਗਾ ਸਕਦੇ ਹੋ ਜਾਂ ਫਲਾਈਟ ਬੁਕਿੰਗ ਕਨਫਰਮ, ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਫਾਈਲ ਸਟਰੋਂਗ ਹੈ, ਵੀਜ਼ਾ ਆਉਣ ਦੇ ਪੂਰੇ ਪੂਰੇ ਚਾਂਸ ਹੈ, ਤੁਸੀਂ ਮੈਂ ਕਹਿੰਦਾ ਕਨਫਰਮ ਟਿਕਟ ਲਗਾ ਦਿਉ, ਉਹ ਵੀ ਇੱਕ ਪੋਜ਼ਿਟਿਵ ਚਲੇ ਜਾਂਦਾ ਵੀਜ਼ਾ ਆਉਣ ਦੇ ਵਿੱਚ। ਇਹ ਸਭ ਡਾਕੂਮੈਂਟ ਲੈ ਕੇ ਤੁਸੀਂ ਜਿੱਥੇ ਅਪੁਆਇੰਟਮੈਂਟ ਸੈਂਟਰ ਤੁਹਾਡਾ ਅੱਗੇ ਨੈਕਸਟ ਸਟੈਪ 'ਤੇ ਆਏਗੀ ਜਦੋਂ ਆਪਾਂ ਫੀਸ ਪੇ ਕਰੂੰਗੇ, ਉਹ ਤੋਂ ਬਾਅਦ ਰੈਫਰੈਂਸ ਨੰਬਰ ਮਿਲਦਾ ਹੈ, ਫਿਰ ਬੁੱਕ ਹੁੰਦਾ ਹੈ। ਮੈਂ ਦੱਸਦਾ ਉਸ ਲੈਵਲ 'ਤੇ ਪਾਉਂਦੇ ਹਾਂ, ਪਹਿਲਾਂ ਤਾਂ ਇਹੀ ਹੈ ਡਾਕੂਮੈਂਟ। ਡਾਕੂਮੈਂਟ ਤੁਹਾਨੂੰ ਦੱਸ ਚੁੱਕੇ ਹਾਂ ਵੀ ਪਾਸਪੋਰਟ ਅਤੇ ਇੱਕ ਆਪਣੀ ਬੈਂਕ ਸਟੇਟਮੈਂਟ 6 ਮਹੀਨੇ ਦੀ, ਇਹ ਜ਼ਰੂਰ ਲੈ ਕੇ ਜਾਣੀ ਆ। ਬਾਕੀ ਨਾਲ ਦੋ ਤਿੰਨ ਆਈਟਮਾਂ ਜਿਹੜੀਆਂ ਮੈਂ ਦੱਸੀਆਂ, ਕਵਰ ਲੈਟਰ, ਆਈਟਨਰੀ ਐਂਡ ਤੁਹਾਡਾ ਜਿਹੜਾ ਐਕੋਮੋਡੇਸ਼ਨ ਵਗੈਰਾ, ਬਿਜ਼ਨਸ ਪਰੂਫ, ਇਹ ਜ਼ਰੂਰ ਲੈ ਕੇ ਜਾਣਾ ਜੀ ਨਾਲ। ਉਹ ਤੋਂ ਬਾਅਦ ਨੈਕਸਟ ਫਿਰ ਆ ਜਾਂਦਾ ਅਗਲਾ ਸਟੈਪ, ਫੀਸ। ਫੀਸ ਇਹਦੀ 6 ਮਹੀਨੇ ਦੀ ਆਪਾਂ ਜਿਹੜਾ ਵੀਜ਼ਾ ਅਪਲਾਈ ਕਰ ਰਹੇ ਹਾਂ ਉਹਦੀ ਗੱਲ ਕਰਦਾ ਮੈਂ, 13,000 ਦੇ ਕਰੀਬ ਇੰਡੀਅਨ INR ਰੁਪੀਸ ਪੈਂਦੀ ਹੈ। ਅਤੇ ਜਦੋਂ ਹੀ ਤੁਸੀਂ ਉਹ ਪੇ ਕਰਦੇ ਹੋ ਆਪਣੇ ਕਾਰਡ ਰਾਹੀਂ, ਤਾਂ ਨਾਲ ਦੀ ਨਾਲ ਉਹ ਪੇਮੈਂਟ ਜਾ ਕੇ ਤੁਹਾਨੂੰ ਰੈਫਰੈਂਸ ਨੰਬਰ ਜਨਰੇਟ ਹੋ ਜਾਂਦਾ ਹੈ। ਕਿ ਰੈਫਰੈਂਸ ਨੰਬਰ ਤੁਸੀਂ ਦੁਬਾਰੇ, ਉਹ ਰੈਫਰੈਂਸ ਨੰਬਰ ਨੂੰ ਜਦੋਂ ਤੁਸੀਂ ਦੁਬਾਰੇ VFS ਦੀ ਸਾਈਟ 'ਤੇ ਜਾਓਗੇ ਤਾਂ VFS ਦੇ ਵਿੱਚ ਤੁਸੀਂ ਰੈਫਰੈਂਸ ਨੰਬਰ ਪਾਉਣਾ ਹੈ, ਅਤੇ ਉਹ ਤੋਂ ਬਾਅਦ 'ਚੋਂ ਥੱਲੇ ਆਪਣਾ ਸੈਂਟਰ ਚੂਜ਼ ਕਰਨਾ ਹੈ ਵੀ ਕਿਹੜੇ ਸੈਂਟਰ 'ਚ ਤੁਸੀਂ ਜਾ ਕੇ ਦਿੱਲੀ ਕਰਨੇ ਹੈ ਜਮ੍ਹਾਂ। ਹੁਣ ਮੈਂ ਤਾਂ ਚਲੋ ਇੱਥੇ ਮੋਹਾਲੀ ਰਹਿੰਦਾ ਅਤੇ ਸਾਨੂੰ ਤਾਂ ਚੰਡੀਗੜ੍ਹ ਨੇੜੇ ਆ, ਅਸੀਂ ਜਿਵੇਂ ਚੰਡੀਗੜ੍ਹ ਦਾ ਪਾ ਕੇ ਉਹ ਤੋਂ ਬਾਅਦ 'ਚ ਤੁਹਾਡੇ ਅਪੁਆਇੰਟਮੈਂਟ ਦੇ ਸਲੋਟ ਆ ਜਾਂਦੇ ਸਾਹਮਣੇ ਵੀ ਇਸ ਦਿਨ ਦੀ ਅਪੁਆਇੰਟਮੈਂਟ ਅਵੇਲੇਬਲ ਹੈ। ਇਹਦੀ ਅਪੁਆਇੰਟਮੈਂਟ ਆਲਮੋਸਟ 2-4 ਦਿਨ ਦੇ ਅੰਦਰ ਹੀ ਅਵੇਲੇਬਲ ਹੋ ਮਿਲੇ ਜਾਂਦੀ ਹੈ, ਕੋਈ ਕਦੇ ਪ੍ਰੋਬਲਮ ਨਹੀਂ। ਅੱਜ ਤੱਕ ਤਾਂ ਆਈ ਨਹੀਂ ਹੈ ਵੀ ਤੁਹਾਨੂੰ ਬੜਾ ਲੰਬਾ ਟਾਈਮ ਮਿਲ ਰਿਹਾ ਹੈ, 2-4 ਦਿਨ ਦੇ ਅੰਦਰ ਅੰਦਰ ਤੁਸੀਂ ਅਪੁਆਇੰਟਮੈਂਟ ਮਿਲ ਜਾਂਦੀ ਹੈ। ਉਹਨੂੰ ਬੁੱਕ ਕਰੋ, ਉਹਦੇ ਅਕੋਰਡਿੰਗ ਤੁਸੀਂ ਆਪਣੇ ਜਿਹੜੇ ਹੈ ਕਾਗਜ਼ ਸੈੱਟ ਕਰੋ, ਅਤੇ ਜਿਸ ਦਿਨ ਤੁਹਾਡੀ ਅਪੁਆਇੰਟਮੈਂਟ ਹੋਏਗੀ ਉਸ ਦਿਨ ਤੁਸੀਂ VFS ਦੇ ਆਫਿਸ ਜਾ ਕੇ ਜਮ੍ਹਾਂ ਕਰਾ ਦਿਉ। ਅਤੇ ਜੇ ਤੁਸੀਂ ਪ੍ਰੋਪਰ ਆਪਣਾ ਫਾਰਮ ਸਹੀ ਤਰੀਕੇ ਨਾਲ ਭਰਿਆ, ਉਹਦੇ ਵਿੱਚ ਕੋਈ ਗਲਤੀ ਨਹੀਂ ਕਰੀ, ਤੁਸੀਂ ਆਪਣੇ ਬੈਂਕ ਅਕਾਊਂਟ ਨੂੰ 6 ਮਹੀਨੇ ਤੋਂ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰ ਰਹੇ ਹੋ, ਤਾਂ ਤੁਹਾਡਾ ਵੀਜ਼ਾ ਆਉਣ ਦੇ ਚਾਂਸ ਬਹੁਤ ਵੱਧ ਜਾਂਦੇ ਹੈ। ਕੋਈ ਉਹਦਾ ਐ ਨਹੀਂ ਹੈ ਵੀ ਤੁਹਾਡਾ ਕੋਈ ਨੈਗੇਟਿਵ ਜਾਏਗਾ। ਇਸ ਕਰਕੇ ਜੇ ਤੁਸੀਂ UK ਪਲੈਨ ਕਰਦੇ ਹੋ ਤਾਂ ਤੁਸੀਂ ਪਹਿਲਾਂ ਤੋਂ ਹੀ ਸਾਲ ਤੋਂ ਹੀ ਉਹਦੀ ਤਿਆਰੀ ਸ਼ੁਰੂ ਕਰ ਦਿਉ ਵੀ ਅਸੀਂ ਆਪਣਾ ਬੈਂਕ ਸਟੇਟ, ਜਿਹੜੇ ਬੈਂਕ 'ਚ ਪੈਸਾ ਕਿਵੇਂ ਅਸੀਂ ਰੋਟੇਟ ਕਰਨਾ ਹੈ, ਕਢਾਉਣਾ, ਤੁਹਾਡਾ ਫਰਮ ਦਾ ਅਕਾਊਂਟ ਹੈ ਜਾਂ ਤੁਹਾਡਾ ਆਪਣਾ ਪਰਸਨਲ ਹੈ, ਉਹਦੇ ਵਿੱਚ ਤੁਹਾਡੀ ਸੈਲਰੀ ਆਉਂਦੀ ਹੈ ਤਾਂ ਤੁਸੀਂ ਕਿੰਨੇ ਖਰਚਾ ਕਰ ਰਹੇ ਹੋ ਕਿੰਨੇ ਨਹੀਂ। ਇਹਦੇ ਲਈ ਮੇਰੇ ਹਿਸਾਬ ਨਾਲ ਜੇ ਤੁਸੀਂ ਫੈਮਿਲੀ ਜਾ ਰਹੇ ਹੋ ਤਾਂ 8 ਲੱਖ ਦਾ ਸਫੀਸ਼ੀਐਂਟ ਬੈਲੈਂਸ ਤੁਹਾਡੇ ਅਕਾਊਂਟ 'ਚ ਹੋਣਾ ਚਾਹੀਦਾ ਹੈ, ਪਰ ਉੱਥੇ ਜਿਹੜਾ ਤੁਹਾਡਾ ਖਰਚਾ ਉਹ ਤੁਸੀਂ 2 ਜਣਿਆਂ ਦਾ 2.5-3 ਲੱਖ ਰੁਪਇਆ ਦਿਖਾ ਸਕਦੇ ਹੋ ਵੀ ਅਸੀਂ 5-7 ਦਿਨ ਲਈ ਚੱਲੇ ਹਾਂ, ਅਤੇ 5-7 ਦਿਨ ਲਈ 2.5 ਲੱਖ ਰੁਪਇਆ ਇਨਾਫ ਹੁੰਦੀ, ਕਿਉਂਕਿ ਇੱਥੋਂ ਦਿੱਲੀ ਤੋਂ ਟਿਕਟ ਕੋਈ ਬਾਹਲੀ ਮਹਿੰਗੀ ਨਹੀਂ ਬਣਦੀ, ਰਿਟਰਨ 45-50 ਹਜ਼ਾਰ ਦੀ ਬਣ ਜਾਂਦੀ ਹੈ ਜੀ ਫਲਾਈਟ ਇੱਕ ਜਣੇ ਦੀ, ਅਤੇ 2 ਜਣੇ ਦੀ 1 ਲੱਖ ਰੁਪਇਆ ਲਾ ਲਓ, ਅਤੇ ਉੱਥੇ ਹੋਟਲ ਵੀ 10,000 ਰੁਪਇਆ ਪਰ ਨਾਈਟ ਦੇ ਹਿਸਾਬ ਨਾਲ, 6-7 ਦਿਨ ਦੇ 60-70 ਹਜ਼ਾਰ ਦੇ ਉਹ ਹੋ ਗਏ, ਬਾਕੀ ਤੁਹਾਡਾ ਉਹ ਖਰਚਾ ਹੋ ਗਿਆ। 2.5 ਲੱਖ ਰੁਪਏ ਦੇ ਵਿੱਚ ਤੁਸੀਂ ਕਰ ਸਕਦੇ ਹੋ ਕਵਰ, ਕਹਿਣ ਨੂੰ ਮਾੜਾ ਮੋਟਾ ਚਲੋ ਉੱਪਰ ਹੋ ਜਾਂਦਾ ਹੈ, ਬਟ ਉਹਦੇ ਵਿੱਚ ਜਿੱਥੇ ਤੁਸੀਂ ਮੈਂਸ਼ਨ ਕਰਨਾ ਇੰਨੀ ਕੁ ਅਮਾਊਂਟ ਪਾ ਸਕਦੇ ਹੋ। ਨੈਕਸਟ, ਬਾਕੀ ਚਲੋ ਇਹ ਤਾਂ ਹੋ ਗਈ ਹੁਣ UK ਦੇ ਵਿਜ਼ਟਰ ਵੀਜ਼ੇ ਬਾਰੇ ਗੱਲ, ਹੁਣ ਅਗਲੀ ਵੀਡੀਓ 'ਚ ਕੋਈ ਮਿਲਾਂਗੇ ਕਿਸੇ ਹੋਰ ਕੰਟਰੀ ਬਾਰੇ, ਮੈਂ ਵੀਡੀਓ ਬਣਾਊਂਗਾ ਫਿਰ ਤੁਹਾਨੂੰ ਉਹਦੇ ਬਾਰੇ ਛੋਟੀ ਮੋਟੀ ਜਾਣਕਾਰੀ ਦੇਵਾਂਗੇ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ ਅੱਜ ਤੱਕ ਦਾ, ਜਿੰਨਾ ਕੁ ਸਾਡਾ ਆਪਣਾ ਤਜਰਬਾ ਹੈ। ਅਤੇ ਦੂਜੀ ਫਿਰ ਤੋਂ ਗੱਲ ਕਰਦੇ ਹਾਂ ਟੂਰ ਪੈਕੇਜਿਸ ਦੀ, ਜੇ ਤੁਸੀਂ ਦੁਬਈ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਬਾਲੀ ਕਿਤੇ ਵੀ ਘੁੰਮਣ ਜਾਣਾ ਚਾਹੁੰਦੇ ਹੋ, ਇੱਕ ਵਾਰ ਸਾਡੇ
ਇੰਸਟਾਗ੍ਰਾਮ ਫੇਸਬੁੱਕ ਪੇਜ ਨੂੰ ਜ਼ਰੂਰ ਚੈੱਕ ਕਰੋ, ਦੀਪ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ। ਉੱਥੇ ਤੁਹਾਨੂੰ ਹਰੇਕ ਟੂਰ ਪੈਕੇਜ ਬੜੇ ਘੱਟ ਰੇਟ 'ਤੇ ਦਿਖੇਗਾ। ਫਿਰ ਤੁਸੀਂ ਮੈਨੂੰ ਪਰਸਨਲ ਫੋਨ ਕਰਕੇ ਵੀ ਆਪਣੇ ਹਿਸਾਬ ਨਾਲ ਆਈਟਨਰੀ ਬਣਾ ਸਕਦੇ ਹੋ। ਅਤੇ ਨੈਕਸਟ ਆਪਾਂ ਜੇ ਤੁਸੀਂ ਸ਼ੈਂਗਨ ਏਰੀਆ ਜਾਣਾ ਚਾਹੁੰਦੇ ਹੋ ਕਿਤੇ ਵੀ ਯੂਰੋਪ 'ਚ, ਤਾਂ ਵੀ ਤੁਸੀਂ ਮੇਰੀ ਸਲਾਹ ਕਿਸੇ ਸਮੇਂ ਵੀ ਲੈ ਸਕਦੇ ਹੋ। ਮੈਂ ਹਰ ਟਾਈਮ ਤੁਹਾਡੇ ਲਈ ਅਵੇਲੇਬਲ ਹੈ। ਤੁਸੀਂ ਮੈਨੂੰ ਪਰਸਨਲ, ਚਾਹੇ ਸਾਡੇ ਆਪਣਾ ਜਿਹੜਾ ਇੰਸਟਾਗ੍ਰਾਮ ਪੇਜ, ਫੇਸਬੁੱਕ ਪੇਜ 'ਤੇ ਵੀ ਮੈਸੇਜ ਕਰ ਸਕਦੇ ਹੋ, ਜਾਂ ਮੇਰੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਨੰਬਰ ਉੱਥੇ ਮੈਂਸ਼ਨ ਕੀਤਾ ਹੋਇਆ ਹੈ। ਅਤੇ ਇੱਕ ਵਾਰ ਫਿਰ ਤੋਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।